ਹੈਲੋ ਜੀ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਗੋਮਾਈਟੀ ਚੈਨਲ ਦੇ ਵਿੱਚ ਮੇਰੀਆਂ ਭੈਣਾਂ ਤੇ ਮੇਰੇ ਵੀਰਾਂ ਦਾ ਸਵਾਗਤ ਹਾਂਜੀ ਅੱਜ ਆਪਾਂ ਬਣਾਵਾਂਗੇ ਗਾਜਰ ਦਾ ਮਰਬਾ ਗਾਜਰ ਜਿਹੜੀ ਆਪਣੀ ਸਿਹਤ ਦੇ ਲਈ ਬਹੁਤ ਹੀ ਫਾਇਦੇਮੰਦ ਦਾ ਬਹੁਤ ਹੀ ਗੁਣਕਾਰੀ ਆ ਤੇ ਇਹਦੇ ਵਿੱਚ ਭੂਰ ਭੂਰ ਮਾਤਰਾ ਦੇ ਵਿੱਚ ਜਿਹੜਾ ਤਾਕਤ ਪਾਈ ਗਈ ਹੈ ਖੂਨ ਦੀ ਕਮੀ ਨੂੰ ਜਿਹੜਾ ਇਹ ਪੂਰਾ ਕਰਦਾ ਹੈ ਕਬਜ ਦੇ ਲਈ ਜਿਹੜਾ ਬਹੁਤ ਗੁਣਕਾਰੀ ਆ ਕਬਜ ਨੂੰ ਦੂਰ ਕਰਦਾ ਤੇ ਪੇਟ ਨੂੰ ਜਿਹੜਾ ਕਿ ਸੈੱਟ ਰੱਖਦਾ ਤੇ ਭੁੱਖ ਨੂੰ ਵਧਾਉਂਦਾ ਹੈ ਗਾਜਰ ਨੂੰ ਆਪਾਂ ਕਿਸੇ ਵੀ ਰੂਪ ਦੇ ਵਿੱਚ ਬਣਾ ਕੇ ਖਾ ਸਕਦੇ ਆ ਗਾਜਰ ਦਾ ਜੂਸ ਗਾਜਰ ਦਾ ਹਲਵਾ ਜਾਂ ਗਾਜਰ ਦਾ ਮਰਬਾ ਜਿਹੜਾ ਆਪਾਂ ਬਣਾ ਕੇ ਰੱਖ ਸਕਦੇ ਆ ਤੇ ਖਾ ਸਕਦੇ ਆ ਬਹੁਤ ਹੀ ਫਾਇਦੇਮੰਦ ਦਾ ਬਹੁਤ ਹੀ ਗੁਣਕਾਰੀ ਆ ਹਾਂਜੀ ਇਹ ਆਪਾਂ 1 ਕਿਲੋ ਗਾਜਰਾਂ ਲਈਆਂ ਇਹਨਾਂ ਨੂੰ ਆਪਾਂ ਧੋ ਕੇ ਸਾਫ਼ ਕਰਕੇ ਸ਼ੈੱਲ ਕਰਕੇ ਜਿਹੜਾ ਇਹਨਾਂ ਨੂੰ ਕੱਟ ਲਿਆ ਜਿਹੜਾ ਅਗਲਾ ਹਿੱਸਾ ਪਤਲਾ ਹੈ ਉਸ ਨੂੰ ਜਿਹੜਾ ਆਪਾਂ ਕੱਟ ਦਿੱਤਾ ਹੈ ਤੇ ਮਗਰਲਾ ਹਿੱਸਾ ਜਿਹੜਾ ਮੋਟਾ ਪੀਸ ਆ ਉਸ ਨੂੰ ਆਪਾਂ ਰੱਖ ਲਿਆ ਇਸ ਨੂੰ ਜਿਹੜਾ ਕਿ ਦੇਖ ਲੈਣਾ ਹੈ ਪਹਿਲਾਂ ਆਪਾਂ ਗਾਜਰਾਂ ਲੈਣ ਲੱਗੇ ਕਿ ਇਹਨਾਂ ਦੇ ਵਿੱਚ ਜਿਹੜੇ ਮੋਟੇ-ਮੋਟੇ ਜਿਹੜੇ ਕੱਲ ਹੁੰਦੇ ਆ ਪੀਲੇ ਉਹ ਜ਼ਿਆਦਾਤਰ ਨਹੀਂ ਹੋਣੇ ਚਾਹੀਦੇ ਪਤਲੇ ਹੋਣ ਤਾਂ ਕੋਈ ਗੱਲ ਨਹੀਂ ਚੱਲ ਜਾਂਦੇ ਆ ਇਹ ਆਪਾਂ 600 ਗ੍ਰਾਮ ਨਾਲ ਖੰਡ ਲਈ ਆ 1 ਕਿਲੋ ਗਾਜਰਾਂ ਦੇ ਨਾਲ 600 ਗ੍ਰਾਮ ਜਿਹੜੀ ਆਪਾਂ ਨੂੰ ਖੰਡ ਬਹੁਤ ਆ ਹੁਣ ਆਪਾਂ ਕੀ ਕਰਨਾ ਪਹਿਲਾਂ ਗਾਜਰਾਂ ਨੂੰ ਇੱਧਰ ਆਪਣਾ ਪਾਣੀ ਆ ਜਿਹੜਾ ਗਰਮ ਹੋਣ ਲਈ ਰੱਖਿਆ ਹੋਇਆ ਪਾਣੀ ਜਿਹੜਾ ਆਪਣਾ ਗਰਮ ਹੋ ਗਿਆ ਹੁਣ ਆਪਾਂ ਗਾਜਰਾਂ ਨੂੰ ਜਿਹੜਾ ਪਾਣੀ ਦੇ ਵਿੱਚ ਪਾ ਦੇਵਾਂਗੇ ਤੇ ਇਸ ਨੂੰ ਜਿਹੜਾ ਸਿਰਫ 2 ਮਿੰਟ ਲਈ ਉਬਾਲਾਂਗੇ ਜਿਆਦਾ ਟਾਈਮ ਆਪਾਂ ਗਾਜਰਾਂ ਨੂੰ ਸਬਜ਼ੀ ਦੀ ਤਰ੍ਹਾਂ ਪਕਾਉਣਾ ਨਹੀਂਗਾ ਸਿਰਫ ਹਲਕਾ ਜਿਹਾ ਜਿਹੜਾ ਇਹਨੂੰ ਉਬਾਲਾ ਹੀ ਦੇ ਦਵਾਉਣਾ ਹੈ ਹਲਕੀਆਂ ਜੀਆਂ ਸੌਫਟ ਕਰਨੀਆਂ ਜਿਆਦਾ ਪਕਾਉਣਾ ਨਹੀਂ ਰੰਨਣਾ ਨਹੀਂ ਹੈਗਾ ਆਪਾਂ ਇਹਨੂੰ ਸਿਰਫ 2 ਮਿੰਟ ਲਈ ਜਿਹੜਾ ਇਸ ਦਾ ਉਬਾਲਾ ਆ ਜਾਵੇ ਆ ਦੇਖੋ ਇਸ ਦਾ ਕਲਰ ਚੇਂਜ ਹੋ ਗਿਆ ਇਸ ਨੂੰ ਉਬਾਲਾ ਆ ਗਿਆ ਹੁਣ ਆਪਾਂ ਜਿਹੜਾ ਗੈਸ ਬੰਦ ਕਰ ਦੇਵਾਂਗੇ ਤੇ ਆਪਾਂ ਚੈੱਕ ਕਰ ਲੈਨੇ ਆ ਕਿ ਆਪਣੀਆਂ ਜਿਹੜੀਆਂ ਗਾਜਰਾਂ ਆ ਉਹ ਕਿੰਨੀ ਕੁ ਸੌਫਟ ਹੋ ਗਈਆਂ ਜਿਆਦਾ ਨਹੀਂ ਆਪਾਂ ਜਿਹੜਾ ਇਹਨੂੰ ਸਬਜ਼ੀ ਦੀ ਤਰ੍ਹਾਂ ਨਹੀਂ ਪਕਾਉਣਾ ਤੇ ਜਿਹੜਾ ਆਪਾਂ ਅੱਜ ਮਰੱਬਾ ਬਣਾ ਕੇ ਤਿਆਰ ਕਰਨਾ ਬਹੁਤ ਹੀ ਜਲਦੀ ਤੇ ਫਟਾਫਟ ਬਣ ਕੇ ਤਿਆਰ ਹੋ ਜਾਂਦਾ ਇਹਦੇ ਤੇ ਕੋਈ ਜ਼ਿਆਦਾ ਮਿਹਨਤ ਨਹੀਂ ਲੱਗਦੀ ਨਾ ਹੀ ਜ਼ਿਆਦਾ ਕੋਈ ਟਾਈਮ ਲੱਗਦਾ ਤੇ ਨਾ ਹੀ ਜ਼ਿਆਦਾ ਇਹਦੇ ਤੇ ਕੋਈ ਆਪਾਂ ਨੂੰ ਸਮਾਨ ਦੀ ਲੋੜ ਆ ਤੇ ਬਹੁਤ ਹੀ ਟੇਸਟੀ ਹੁੰਦਾ ਹੈ ਤੇ ਬਹੁਤ ਹੀ ਗੁਣਕਾਰੀ ਹੁੰਦਾ ਹੈ ਖੂਨ ਦੀ ਕਮੀ ਨੂੰ ਜਿਹੜਾ ਇਹ ਪੂਰਾ ਕਰਦਾ ਤੇ ਕਾਬੇ ਨੂੰ ਵੀ ਦੂਰ ਕਰਦਾ ਭੁੱਖ ਨੂੰ ਵਧਾਉਂਦਾ ਹੈ ਤੇ ਕਾਫੀ ਕਮਜ਼ੋਰੀ ਨੇ ਜਿਹੜੇ ਵੀ ਸਰੀਰਕ ਕਮਜ਼ੋਰੀਆਂ ਆ ਜਾਂਦੀਆਂ ਉਸ ਨੂੰ ਜਿਹੜਾ ਇਹ ਦੂਰ ਕਰਦਾ ਲੋ ਜੀ ਆਪਾਂ ਹੁਣ ਗਰਮ ਪਾਣੀ ਦੇ ਵਿੱਚੋਂ ਗਾਜਰਾਂ ਨੂੰ ਬਾਹਰ ਕੱਢ ਲੈਣੇ ਆ ਤੇ ਇਸ ਨੂੰ ਜਿਹੜਾ ਆਪਾਂ ਠੰਡਾ ਹੋਣ ਲਈ ਰੱਖਾਂਗੇ 2 ਮਿੰਟ ਲਈ ਆ ਦੇਖੋ ਇਸ ਨੂੰ ਆਪਾਂ 2-4 ਮਿੰਟ ਲਈ ਠੰਡਾ ਹੋਣ ਦਿੰਨੇ ਆ ਉਸ ਤੋਂ ਬਾਅਦ ਫਿਰ ਆਪਾਂ ਅਗਲਾ ਕੰਮ ਕਰਾਂਗੇ ਲੋ ਜੀ 2-3 ਮਿੰਟ ਮੈਂ ਇਹਨੂੰ ਠੰਡਾ ਕਰ ਲਿਆ ਹੁਣ ਆਪਾਂ ਗਾਜਰਾਂ ਦੇ ਵਿੱਚ ਪਾਛ ਲਾਵਾਂਗੇ ਇੱਕ ਫੌਕ ਦੇ ਨਾਲ ਆ ਦੇਖੋ ਇਸ ਤਰ੍ਹਾਂ ਆਪਾਂ ਫੌਕ ਲਾ ਲੈਣੇ ਆ ਤਾਂ ਕਿ ਜਦੋਂ ਆਪਾਂ ਇਹਨੂੰ ਚਾਸ਼ਨੀ ਦੇ ਵਿੱਚ ਪਕਾਵਾਂਗੇ ਤਾਂ ਇਹਦੇ ਵਿੱਚ ਜਿਹੜੀ ਚਾਸ਼ਨੀ ਆ ਚਲੀ ਜਾਵੇ ਤੇ ਮਠਾਸ ਆ ਜਿਹੜੀ ਇਹਦੇ ਵਿੱਚ ਭਰ ਜਾਵੇ ਜੇਕਰ ਧੁੱਪ ਹੋਵੇ ਤਾਂ ਇਸ ਨੂੰ ਜਿਹੜਾ ਆਪਾਂ 2 ਤੋਂ 4 ਘੰਟੇ ਆਪਾਂ ਧੁੱਪ ਵਿੱਚ ਵੀ ਰੱਖ ਸਕਦੇ ਹਾਂ ਗਾਜਰਾਂ ਨੂੰ ਉਬਾਲਣ ਤੋਂ ਬਾਅਦ ਤਾਂ ਉਹ ਜ਼ਿਆਦਾ ਵਧੀਆ ਜ਼ਿਆਦਾ ਲੰਬੇ ਸਮੇਂ ਤੱਕ ਆਪਾਂ ਜਿਹੜਾ ਮਰਬੇ ਨੂੰ ਰੱਖ ਸਕਦੇ ਹਾਂ ਫਿਰ ਮਰਬਾ ਜਿਹੜਾ ਹੈ ਆਪਣਾ ਉਹ ਖਰਾਬ ਨਹੀਂ ਹੋਊਗਾ ਕਿਉਂਕਿ ਇਹਦੇ ਵਿੱਚ ਪਾਣੀ ਆ ਜਿਹੜਾ ਵੀ ਜ਼ਰੂਰੀ ਆ ਸੁੱਕ ਜਾਣਾ ਪਰ ਜਿਹੜਾ ਇਸ ਨੂੰ ਆਪਾਂ ਜਿਹੜਾ ਅੱਜ ਬਣਾਉਣ ਲੱਗੇ ਆ ਗਾਜਰ ਦਾ ਮਰਬਾ ਇਸ ਨੂੰ ਜਿਹੜਾ ਆਪਾਂ ਜਾਦਾ ਲੰਬੇ ਸਮੇਂ ਤੱਕ ਨਹੀਂ ਫਿਰ ਵੀ 8 ਤੋਂ 10 ਦਿਨ ਤੱਕ ਆਪਾਂ ਇਸ ਮਰਬੇ ਨੂੰ ਰੱਖ ਸਕਦੇ ਆ ਖਾ ਸਕਦੇ ਆ ਅੱਜ ਕੱਲ ਦੇ ਮੌਸਮ ਦੇ ਵਿੱਚ ਲੋ ਜੀ ਸਾਰੀਆਂ ਗਾਜਰਾਂ ਜਿਹੜੀਆਂ ਆਪਾਂ ਇਹਦੇ ਵਿੱਚ ਫੌਕ ਦੇ ਨਾਲ ਪਾਛ ਲਾ ਲਿਆ ਸਰਾਖ ਕਰ ਲਿਆ ਜੇ ਤੁਸੀਂ ਜਿਆਦਾ ਲੰਬੇ ਸਮੇਂ ਤੱਕ ਰੱਖਣਾ ਚਾਹੁੰਦੇ ਆ ਤਾਂ ਫਿਰ ਇਸ ਨੂੰ ਜਿਹੜਾ 2 ਤੋਂ 4 ਘੰਟੇ ਧੁੱਪ ਵਿੱਚ ਜ਼ਰੂਰ ਰੱਖੋ ਲਓ ਜੀ ਹੁਣ ਆਪਾਂ ਉਸੇ ਸਗਲੇ ਦੇ ਵਿੱਚ ਫੇਰ ਗਾਜਰਾ ਟਰਾਂਸਫਰ ਕਰਤੀਆਂ ਤੇ ਇਹ ਆਪਾਂ 600 ਗ੍ਰਾਮ ਜਿਹੜੀ ਖੰਡ ਲੈ ਲਈਆ ਗਾਜਰਾ ਨੇ ਜਿਹੜਾ ਇਹ ਆਪਣਾ ਆਪ ਹੀ ਜੂਸ ਛੱਡ ਦੇਣਾ ਪਾਣੀ ਆ ਵਿੱਚ ਗਾਜਰਾ ਦੇ ਤੇ ਇਸ ਲਈ ਆਪਾਂ ਇਹਦੇ ਵਿੱਚ ਜ਼ਿਆਦਾ ਪਾਣੀ ਦੀ ਲੋੜ ਨਹੀਂ ਸਿਰਫ ਆਪਾਂ 2 ਕ ਚਮਚ ਜਿਹੜਾ ਪਾਣੀ ਲਵਾਂਗੇ ਤਾਂ ਕਿ ਜਦੋਂ ਆਪਾਂ ਵੀ ਖੰਡ ਆ ਜਿਹੜੀ ਉਹ ਥੱਲੇ ਨਾ ਲੱਗੇ ਗੈਸ ਨੂੰ ਆਪਾਂ ਮੀਡੀਅਮ ਲੋ ਤੇ ਰੱਖਾਂਗੇ ਪਹਿਲਾਂ ਉਸ ਤੋਂ ਬਾਅਦ ਆਪਾਂ ਹਾਈ ਫਲੇਮ ਕਰ ਦਵਾਂਗੇ ਜਿੰਨੇ ਦੇਰ ਆਪਣੀ ਜਿਹੜੀ ਖਾਂਡ ਖੋਰਨੀ ਜਾਂਦੀ ਉਹਨਾਂ ਚਿਰ ਆਪਾਂ ਮੀਡੀਅਮ ਲੋ ਤੇ ਰੱਖ ਕੇ ਜਿਹੜਾ ਖਾਂਡ ਨੂੰ ਵਿੱਚ ਖੋਰਾਂਗੇ ਕਿਉਂਕਿ ਗਾਜਰਾਂ ਨੇ ਆਪਦਾ ਬਹੁਤ ਹੀ ਜ਼ਿਆਦਾ ਜਿਹੜਾ ਜੂਸ ਛੱਡ ਦੇਣਾ ਤੇ ਖਾਂਡ ਜਿਹੜੀ ਆਪਣੇ ਆਪ ਹੀ ਵਿੱਚ ਘੁਲਣ ਲੱਗ ਜਾਣੀ ਆ ਆ ਦੇਖੋ ਜਿਵੇਂ ਜਿਵੇਂ ਇਹ ਗਰਮ ਹੋਈ ਗਿਆ ਉਸੇ ਤਰ੍ਹਾਂ ਇਹ ਨੇ ਜਿਹੜਾ ਗਾਜਰਾਂ ਨੇ ਆਪਦਾ ਪਾਣੀ ਛੱਡਤਾ ਤੇ ਕਾਫੀ ਜਿਹੜਾ ਇਹ ਜੂਸ ਬਣ ਗਿਆ ਵਿੱਚ ਇਹਦੇ ਖਾਂਡ ਜਿਹੜੀ ਘੁਲਣੀ ਸ਼ੁਰੂ ਹੋ ਗਈ ਆ ਹੁਣ ਆਪਾਂ ਜਿਹੜਾ ਗੈਸ ਦਾ ਹਾਈ ਫਲੇਮ ਕਰ ਦਵਾਂਗੇ ਤੇ ਇਸ ਨੂੰ ਆਪਾਂ ਜ਼ਿਆਦਾ ਨਹੀਂ ਪਕਾਉਣਾ ਸਿਰਫ ਆਪਾਂ 3-4 ਮਿੰਟ ਹੀ ਜਿਹੜਾ ਆਪਾਂ ਇਸ ਨੂੰ 5 ਮਿੰਟ ਤੱਕ ਵੱਧ ਤੋਂ ਵੱਧ ਆਪਣਾ ਜਿਹੜਾ ਸਮਾਂ ਲੱਗ ਜੇ 5 ਮਿੰਟ 5 ਮਿੰਟ ਤੱਕ ਹਾਈ ਫਲੇਮ ਤੇ ਪਕਾਉਣਾ ਜਦੋਂ ਇਹਦੀ ਚਾਸ਼ਨੀ ਸ਼ਹਿਤ ਦੀ ਤਰ੍ਹਾਂ ਗਾੜੀ ਹੋ ਜਾਵੇ ਜਿਸ ਦੀਆਂ ਤਾਰ ਜਿਵੇਂ ਇੱਕ ਦੋ ਤਾਰ ਚਾਸ਼ਨੀ ਬਣ ਜਾਵੇ ਉਨੀ 10 ਮਿੰਟ ਆਪਾਂ ਜਿਹੜਾ ਇਹਨੂੰ ਪਕਾ ਲੈਣਾ ਆ ਦੇਖੋ ਹਲੇ ਆਪਣੀ ਚਾਸ਼ਨੀ ਜਿਹੜੀ ਪਤਲੀ ਆ ਇਸ ਨੂੰ ਆਪਾਂ ਜਿਹੜਾ ਹੋਰ 2 ਮਿੰਟਾਂ ਸੇਕ ਲਵਾ ਲੈਣੇ ਆ। ਬਸ ਇੰਨਾ ਕੀ ਧਿਆਨ ਰੱਖਣਾ ਕਿਉਂਕਿ ਗਾਜਰਾ ਜਦੋਂ ਗਾਜਰਾ ਦੇ ਵਿੱਚ ਆਲਰੇਡੀ ਪਾਣੀ ਆ ਜੂਸ ਆ ਉਸ ਨੇ ਚਾਸ਼ਨੀ ਨੂੰ ਜਿਹੜਾ ਪਤਲਾ ਕਰ ਦੇਣਾ ਹੁੰਦਾ ਤੇ ਬਾਅਦ ਵਿੱਚ ਫੇਰ ਆਪਾਂ ਜਿਹੜਾ ਗਾਜਰਾ ਬਾਹਰ ਕੱਢ ਕੇ ਤੇ ਉਸ ਨੂੰ ਚਾਸ਼ਨੀ ਨੂੰ ਪੂਰੀ ਤਰ੍ਹਾਂ ਪਕਾ ਲੈਣਾ ਹੁੰਦਾ ਫੇਰ ਗਾਜਰਾ ਜਿਹੜੀਆਂ ਵਿੱਚ ਚਾਸ਼ਨੀ ਦੇ ਡਬੋ ਦੇਣੀਆਂ। ਜੇਕਰ ਚਾਸ਼ਨੀ ਪਤਲੀ ਹੋ ਜਾਵੇ ਤੇ ਸਿਰਫ ਆਪਾਂ ਹੁਣ ਇਹਨੂੰ ਓਨੀ ਦੇਰ ਪਕਾਵਾਂਗੇ ਆ ਦੇਖੋ। ਮੈਥਾ ਨੂੰ ਦਿਖਾਉਣੀ ਆ ਹਲੇ ਚੱਪਚੀਪੀ ਹੋ ਗਈ ਆ ਚਾशनी ਜਿਹੜੀ ਤਾਰ ਨਹੀਂ ਪੂਰੀ ਤਰ੍ਹਾਂ ਬੰਦ ਹੀ ਨਹੀਂ ਗਈ ਘੱਟ ਬੰਦੀ ਆ ਜਿਹੜਾ ਆਪਾਂ ਇਸ ਨੂੰ ਹੋਰ 2 ਮਿੰਟ ਲਈ ਸੇਕ ਲਵਾ ਦਿੰਨੇ ਆ ਗਾਜਰ ਦਾ ਮਰਬਾ ਜਿਹੜਾ ਬਹੁਤ ਹੀ ਸਵਾਦ ਚ ਸਵਾਦ ਹੁੰਦਾ ਹੈ ਬੱਚਿਆਂ ਨੂੰ ਬਜ਼ੁਰਗਾਂ ਨੂੰ ਸਾਰਿਆਂ ਨੂੰ ਪਸੰਦ ਆਉਂਦਾ ਤੇ ਆਪਾਂ ਜਿਹੜਾ ਇਹ ਬਹੁਤ ਹੀ ਈਜ਼ੀ ਸੌਖੇ ਤਰੀਕੇ ਦੇ ਨਾਲ ਆਪਾਂ ਘਰੇ ਬਣਾ ਕੇ ਤਿਆਰ ਕਰ ਸਕਦੇ ਆ ਤੁਸੀਂ ਵੀ ਆਪਣੇ ਘਰ ਵਿੱਚ ਜਰੂਰ ਬਣਾਓ ਟਰਾਈ ਕਰਕੇ ਦੇਖੋ ਬਣਾ ਲੋਂਗੇ ਬਹੁਤ ਵਧੀਆ ਬਣ ਜਾਂਦਾ ਹੈ ਤੇ ਬਹੁਤ ਹੀ ਗੁਣਕਾਰੀ ਆ ਬਹੁਤ ਹੀ ਫਾਇਦੇਮੰਦ ਆ ਆ ਦੇਖੋ ਚਾਸ਼ਨੀ ਜਿਹੜੀ ਆਪਣੀ ਪੂਰੀ ਤਰ੍ਹਾਂ گاੜੀ ਹੋ ਗਈ ਆ ਤੇ ਇਸ ਦੀ ਜਿਹੜੀ ਬਹੁਤ ਹੀ ਮੋਟੀ ਜਿਹੜੀ ਤਾਰ ਬਣਨੀ ਸ਼ੁਰੂ ਹੋ ਗਈ ਆ ਤੇ ਹੁਣ ਆਪਾਂ ਗੈਸ ਨੂੰ ਕਰ ਦਿਆਂਗੇ ਬੰਦ ਬਸ ਇੰਨੀ ਕੀ ਧੀਰ ਆਪਾਂ ਜਿਹੜਾ ਇਸ ਨੂੰ ਪਕਾਉਣਾ ਸੀ ਚਾਸ਼ਨੀ ਨੂੰ ਆਪਾਂ ਸਿਹਤ ਦੀ ਤਰ੍ਹਾਂ ਗਾੜਾ ਕਰ ਲੈਣਾ ਸੀ ਇਸ ਦੀ ਤਾਰ ਆ ਜਿਹੜੀ ਬਣਨੀ ਸ਼ੁਰੂ ਹੋ ਗਈ ਕਿਉਂਕਿ ਜਦੋਂ ਗੱਜਣਾ ਪਈਆਂ ਰਹਿਣ ਫਿਰ ਉਹ ਜਿਹੜਾ ਪਤਲੀ ਹੋ ਜਾਂਦੀ ਆ ਚਾਸ਼ਨੀ ਹੁਣ ਆਪਾਂ ਇਹਨੂੰ ਢਾਕੇ ਰੱਖ ਦਿੰਨੇ ਆ ਇੱਕ ਰਾਤ ਲਈ ਜਾਂ 7-8 ਘੰਟਿਆਂ ਲਈ ਉਸ ਤੋਂ ਬਾਅਦ ਆਪਾਂ ਭਾਂਡੇ ਵਿੱਚ ਕੱਢ ਲਵਾਂਗੇ ਗਾਜਰ ਦਾ ਮਰਬਾ ਜਿਹੜਾ ਹੈ ਆਪਣਾ ਬਣ ਕੇ ਰੈਡੀ ਹੋ ਗਿਆ ਹੁਣ ਆਪਾਂ ਇਹਨਾਂ ਨੂੰ ਦੇਖਦੇ ਆ ਚੈੱਕ ਕਰਦੇ ਆ ਲਓ ਜੀ ਇਹਨਾਂ ਨੂੰ ਜਿਹੜਾ 7-8 ਘੰਟੇ ਹੋ ਗਏ ਆ ਤੇ ਇਹਨਾਂ ਦੇ ਵਿੱਚ ਜਿਹੜੀ ਚਾਸ਼ਨੀ ਆ ਪੂਰੀ ਤਰ੍ਹਾਂ ਰੱਚ ਚੁੱਕੀ ਆ ਜੇਕਰ ਚਾਸ਼ਨੀ ਪਤਲੀ ਹੋ ਜਾਵੇ ਮੈਂ ਤੁਹਾਨੂੰ ਦੱਸ ਰਹੀ ਹਾਂ ਤੁਸੀਂ ਧਿਆਨ ਦੇ ਨਾਲ ਸੁਣਿਓ ਜੇ ਗਾਜਰਾਂ ਪਈਆਂ ਦੇ ਵਿੱਚ ਚਾਸ਼ਨੀ ਪਤਲੀ ਹੋ ਜਾਂਦੀ ਹੁੰਦੀ ਆ ਜੇ ਪਤਲੀ ਹੋ ਜਾਵੇ ਤਾਂ ਗਾਜਰਾਂ ਅਲੱਗ ਭਾਂਡੇ ਵਿੱਚ ਕੱਢ ਲਓ ਤੇ ਚਾਸ਼ਨੀ ਨੂੰ ਦੁਬਾਰਾ ਫੇਰ ਸੇਕ ਲਵਾ ਕੇ ਉਸ ਨੂੰ ਗਾੜਾ ਕਰ ਲਓ ਤੇ ਉਸ ਦੇ ਵਿੱਚ ਫੇਰ ਗਾਜਰਾਂ ਜਿਹੜੀਆਂ ਡਬੋ ਕੇ ਰੱਖ ਦੋ ਤੇ ਗਾਜਰ ਦਾ ਮਰੱਬਾ ਜਿਹੜਾ ਹੈ ਆਪਣਾ ਬਣ ਕੇ ਤਿਆਰ ਆ ਹਾਂਜੀ ਕਿਵੇਂ ਲੱਗਿਆ ਅੱਜ ਦਾ ਮੇਰਾ ਗਾਜਰ ਦਾ ਮਰੱਬਾ ਬਣਾਇਆ ਹੋਇਆ ਲਓ ਜੀ ਆਪਾਂ ਇੱਕ ਬੌਲ ਦੇ ਵਿੱਚ ਕੱਢ ਲੈਨੇ ਆਂ ਬਹੁਤ ਹੀ ਗੁਣਕਾਰੀ ਬਹੁਤ ਹੀ ਟੇਸਟੀ ਲਾਜਵਾ ਖੂਨ ਦੀ ਕਮੀ ਨੂੰ ਜਿਹੜਾ ਪੂਰਾ ਕਰਦਾ ਹੈ ਗਾਜਰ ਕਿਸੇ ਵੀ ਰੂਪ ਦੇ ਵਿੱਚ ਖਾਦਾ ਜਾਵੇ ਗਾਜਰ ਦਾ achar ਵੀ ਜਿਹੜਾ ਬਹੁਤ ਵਧੀਆ ਹੁੰਦਾ ਗਾਜਰ ਦਾ ਮਰਬਾ ਹਿਆ ਗਾਜਰ ਦਾ ਜੂਸ ਹੋਇਆ ਜਾਂ ਗਾਜਰ ਦਾ ਹਲਵਾ ਕਿਸੇ ਵੀ ਰੂਪ ਦੇ ਵਿੱਚ ਜਿਹੜਾ ਗਾਜਰ ਨੂੰ ਖਾਓ ਆਪਣੀ ਸਿਹਤ ਦੇ ਲਈ ਇਹ ਬਹੁਤ ਹੀ ਗੁਣਕਾਰੀ ਆ ਬਹੁਤ ਹੀ ਫਾਇਦੇਮੰਦ ਆ ਆ ਦੇਖੋ ਬਹੁਤ ਹੀ ਜਲਦੀ ਜਿਹੜਾ ਬਣ ਕੇ ਤਿਆਰ ਹੋ ਜਾਂਦਾ ਗਾਜਰ ਦਾ ਮਰਬਾ ਜਿਆਦਾ ਇਹਦੇ ਤੇ ਟਾਈਮ ਨਹੀਂ ਲੱਗਦਾ ਖਾਣ ਦੇ ਲਈ ਬਿਲਕੁਲ ਰੈਡੀ ਆ ਤਿਆਰ ਆ ਦੇਖੋ ਬਹੁਤ ਹੀ ਸੌਫਟ ਤੇ ਨਰਮ ਬਣੀ ਹੈ ਗਾਜਰਾਂ ਹਾਂਜੀ ਕਿਵੇਂ ਲੱਗੀ ਮੇਰੀ ਅੱਜ ਦੀ ਵੀਡੀਓ ਤੁਹਾਨੂੰ ਵਧੀਆ ਲੱਗੀ ਤਾਂ ਫਿਰ ਲਾਈਕ ਤੇ ਕਮੈਂਟ ਕਰਕੇ ਪਲੀਜ਼ ਜ਼ਰੂਰ ਦੱਸਿਆ ਕਰੋ ਮੈਂ ਤੁਹਾਡੇ ਅੱਗੇ ਇੱਕ ਰਿਕੁਐਸਟ ਕਰਦੀ ਆ ਜੇ ਮੇਰੀਆਂ ਤੁਸੀਂ ਵੀਡੀਓ ਦੇਖਦੇ ਆ ਨਾ ਤੁਸੀਂ ਲਾਈਕ ਵੀ ਕਰ ਦਿਆ ਕਰੋ ਤੇ ਕਮੈਂਟ ਵੀ ਕਰ ਦਿਆ ਕਰੋ ਜੇ ਤੁਹਾਨੂੰ ਮੇਰੀਆਂ ਵੀਡੀਓ ਵਧੀਆ ਲੱਗਦੇ ਆ ਜੇ ਕੋਈ ਤੁਹਾਨੂੰ ਮੇਰੀ ਵੀਡੀਓ ਦੇ ਵਿੱਚ ਕੋਈ ਕਮੀ ਲੱਗਦੀ ਆ ਤਾਂ ਮੈਨੂੰ ਪਲੀਜ਼ ਜ਼ਰੂਰ ਦੱਸਿਆ ਕਰੋ ਜੇ ਮੇਰੇ ਹਾਲੇ ਤੱਕ ਤੁਸੀਂ ਚੈਨਲ ਨੂੰ ਸਪੋਰਟ ਨਹੀਂ ਕੀਤਾ ਤਾਂ ਪਲੀਜ਼ ਜ਼ਰੂਰ ਕਰਿਓ ਚਲੋ ਠੀਕ ਆ ਜੀ ਵੀਡੀਓ ਦੇਖਣ ਦਾ ਤੁਹਾਡਾ ਬਹੁਤ ਬਹੁਤ ਧੰਨਵਾਦ ਅਗਲੀ ਵੀਡੀਓ ਦੇ ਵਿੱਚ ਆਪਾਂ ਫੇਰ ਮਿਲਾਂਗੇ ਤਬ ਤੱਕ ਲਈ ਸਤਿ ਸ੍ਰੀ ਅਕਾਲ